ਸਤਿ ਸ਼੍ਰੀ ਅਕਾਲ ਮੈਂ ਗੋਪਾਲ ਸਿੰਘ ਸਿੱਧੂ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਜਿਹੜੇ ਗਵਰਨਰ ਹੁੰਦੇ ਨੇ ਉਹਨਾਂ ਦਾ ਵਿਰੋਧੀ ਸਰਕਾਰਾਂ ਨਾਲ ਟਕਰਾ ਕਿਉਂ ਹੁੰਦਾ ਹੈ ਇਹ ਸਵਾਲ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਲੈ ਕੇ ਆਏ ਆ ਇਸ ਸਵਾਲ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਨੀ ਹੈ ਕਿਉਂਕਿ ਜਿਹੜੇ ਗਵਰਨਰ ਜਿਹੜੇ ਵੀ ਰਾਜ ਦੇ ਵਿੱਚ ਨਿਯੁਕਤ ਕੀਤੇ ਗਏ ਨੇ ਜਦੋਂ ਉਸ ਰਾਜ ਦੇ ਵਿੱਚ ਸਰਕਾਰ ਵਿਰੋਧੀ ਹੁੰਦੀ ਹੈ ਯਾਨੀ ਕਿ ਕੇਂਦਰ ਵਾਲੀ ਸਰਕਾਰ ਉਸ ਰਾਜ ਦੇ ਵਿੱਚ ਨਹੀਂ ਹੁੰਦੀ ਉਹਨਾਂ ਰਾਜਾਂ ਵਿੱਚ ਹੀ ਸਾਨੂੰ ਜ਼ਿਆਦਾ ਵੇਖਣ ਨੂੰ ਮਿਲਦਾ ਹੈ ਕਿ ਰਾਜਪਾਲਾਂ ਦੀ ਸੂਬਾ ਸਰਕਾਰ ਰਾਜ ਸਰਕਾਰ ਨਾਲ ਨਹੀਂ ਬਣਦੀ ਪੰਜਾਬ ਦੀ ਉਦਾਹਰਣ ਤੁਸੀਂ ਲੈ ਲਓ ਤਾਮਿਲਨਾਡੂ ਦੀ ਲੈ ਲਓ ਕੇਰਲ ਦੀ ਲੈ ਲਓ ਇਹਨਾਂ ਰਾਜਾਂ ਦੇ ਵਿੱਚ ਸੁਪਰੀਮ ਕੋਰਟ ਤੱਕ ਪਹੁੰਚ ਕਰਨੀ ਪਈ ਹੈ ਕਿ ਇਹਨਾਂ ਰਾਜਾਂ ਦੇ ਗਵਰਨਰਾਂ ਨੇ ਇਹਨਾਂ ਰਾਜਾਂ ਵਿੱਚ ਪਾਸ ਕੀਤੇ ਗਏ ਬਿਲਾ ਨੂੰ ਮਨਜ਼ੂਰੀ ਨਹੀਂ ਦਿੱਤੀ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਰਾਜਪਾਲਾਂ ਨੂੰ ਸੁਪਰੀਮ ਕੋਰਟ ਤੱਕ ਕਿਉਂ ਪਹੁੰਚਣ ਦੀ ਲੋੜ ਪੈ ਰਹੀ ਹੈ ਜਾਂ ਸੂਬਾ ਸਰਕਾਰ ਨੂੰ ਸੁਪਰੀਮ ਕੋਰਟ ਤੱਕ ਪਹੁੰਚਣ ਦੀ ਕਿਉਂ ਲੋੜ ਪੈ ਰਹੀ ਹੈ ਜਦਕਿ ਚੁਣੀ ਹੋਈ ਸਰਕਾਰ ਹੈ ਜਿਹੜੀ ਔਰ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਤੇ ਰਾਜਪਾਲ ਦਖਲਅੰਦਾਜ਼ੀ ਕਿਉਂ ਕਰਦੇ ਨੇ ਰਾਜਪਾਲ ਇਹ ਗੱਲ ਕਿਉਂ ਨਹੀਂ ਸਮਝਦੇ ਕਿ ਜਿਹੜੀ ਸਰਕਾਰ ਹੈ ਜਿਹੜੀ ਸਰਕਾਰ ਆਪਣੇ ਸੂਬੇ ਲਈ ਆਪਣੇ ਰਾਜ ਲਈ ਕੋਈ ਵੀ ਫੈਸਲਾ ਲੈ ਰਹੀ ਹੈ ਇਹ ਲੋਕਾਂ ਲਈ ਫੈਸਲਾ ਲੈ ਰਹੀ ਹੈ ਉਹਨਾਂ ਲੋਕਾਂ ਨੇ ਹੀ ਇਹ ਸਰਕਾਰ ਨੂੰ ਚੁਣਿਆ ਤਾਂ ਵਿਰੋਧੀ ਸਰਕਾਰਾਂ ਨਾਲ ਟਕਰਾ ਜਿਹੜਾ ਗਵਰਨਰਾਂ ਦਾ ਇਹ ਪਿਛਲੇ ਸਮੇਂ ਤੋਂ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਇਹ ਕਿਉਂ ਹੁੰਦਾ ਹੈ ਇਸ ਦਾ ਸਵਾਲ ਜਿਹੜਾ ਇਹ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਠਾਇਆ ਤੇ ਵਿਚਾਰ ਚਰਚਾ ਕਰਾਂਗੇ ਜਵਾਬ ਲਵਾਂਗੇ ਸੀਨੀਅਰ ਪੱਤਰਕਾਰ ਸਰਦਾਰ ਜਗਤਾਰ ਸਿੰਘ ਸਿੱਧੂ ਤੋਂ ਬਹੁਤ ਬਹੁਤ ਸਵਾਗਤ ਹੈ ਸਰ ਪ੍ਰੋਗਰਾਮ ਚ ਮਿਹਰਬਾਨੀ ਕਪਾਲ ਜੀ ਮੇਰੇ ਵੱਲੋਂ ਵੀ ਤੁਹਾਨੂੰ ਤੇ ਸਾਡੇ ਰੱਬ ਵਰਗੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਜਿਹੜਾ ਅਸੀਂ ਅੱਜ ਵਿਸ਼ਾ ਪ੍ਰੋਗਰਾਮ ਦੇ ਵਿੱਚ ਉਠਾਇਆ ਹੈ ਉਹ ਇਹ ਹੈ ਕਿ ਜਿਹੜੇ ਰਾਜਪਾਲ ਹੁੰਦੇ ਨੇ ਉਹਨਾਂ ਦਾ ਵਿਰੋਧੀ ਸਰਕਾਰਾਂ ਨਾਲ ਟਕਰਾਹ ਹੁੰਦਾ ਹੈ ਤੇ ਫੈਡਰਲ ਢਾਂਚਾ ਜਿਹੜਾ ਡੈਮੋਕਰੇਟਿਕ ਸਾਡੀਆਂ ਸਟੇਟਸ ਨੇ ਕਿਤੇ ਨਾ ਕਿਤੇ ਉਸ ਚੀਜ਼ ਨੂੰ ਨੁਕਸਾਨ ਪਹੁੰਚਦਾ ਹੈ ਗਵਾਲੀ ਦੇਖੋ ਇਸ ਮੁੱਦੇ ਦਾ ਪਾਸ ਜ਼ਿਕਰ ਕਰਦੇ ਹਾਂ ਨਾਸ਼ਨਲ ਪੱਧਰ ਦਾ ਵੱਡਾ ਤੇ ਗੰਭੀਰ ਮਾਮਲਾ ਹੈ ਅਸੀਂ ਆਪਣੇ ਦਰਸ਼ਕਾਂ ਨਾਲ ਇਹ ਗੱਲ ਜ਼ਰੂਰ ਸਾਂਝੀ ਕਰਨੀ ਚਾਹਾਂਗੇ ਕਿ ਬੇਸ਼ੱਕ ਫੌਰੀ ਤੌਰ ਤੇ ਜਦੋਂ ਇਹ ਸਵਾਲ ਹੁਣ ਲਿਆ ਜਾ ਰਿਹਾ ਹੈ ਕਿ ਗਵਰਨਰ ਤੇ ਸਰਕਾਰਾਂ ਦਾ ਖਾਸ ਤੋ ਉਹਨਾਂ ਸਰਕਾਰਾਂ ਦਾ ਜਿਨ੍ਹਾਂ ਦਾ ਕੇਂਦਰ ਦੇ ਨਾਲ ਤਾਲਮੇਲ ਨਹੀਂ ਹੈ ਤਾਲਮੇਲ ਤੋਂ ਭਾਅ ਕੇਂਦਰ ਚ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਉਸ ਦੀ ਸਰਕਾਰ ਹੈ ਤੇ ਦੂਜੇ ਪਾਸੇ ਸੂਬਿਆਂ ਦੇ ਅੰਦਰ ਜੇ ਆਪਾਂ ਜ਼ਿਕਰ ਕਰੀਏ ਪੰਜਾਬ ਹੈ ਬੰਗਾਲ ਹੈ ਹੋਰ ਦੂਜੇ ਸੂਬੇ ਹੈ ਜਿਨ੍ਹਾਂ ਸੂਬਿਆਂ ਚ ਵਿਰੋਧੀ ਤਰ੍ਹਾਂ ਦੀਆਂ ਸਰਕਾਰਾਂ ਹੈਗੀਆਂ ਉੱਥੇ ਇਹ ਟਕਰਾਅ ਦੀ ਸਥਿਤੀ ਕਿਉਂ ਪੈਦਾ ਹੁੰਦੀ ਹੈ ਤੇ ਫਿਰ ਫੈਡਰਲ ਢਾਂਚੇ ਦਾ ਮਾਮਲਾ ਦਾ ਉਠਣਾ ਸਬਾਬਕ ਹੀ ਹੈ ਜੀ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿੱਥੇ ਜਿੱਥੇ ਵੀ ਵਿਰੋਧੀ ਤਰ੍ਹਾਂ ਦੀਆਂ ਸਰਕਾਰਾਂ ਹੈਗੀਆਂ ਵਿਰੋਧੀ ਤਰ੍ਹਾਂ ਦੀਆਂ ਸਰਕਾਰਾਂ ਜਦੋਂ ਆਪਾਂ ਗੱਲ ਕਰਦੇ ਹਾਂ ਸੂਬੇ ਦੇ ਅੰਦਰ ਤਾਂ ਦੇਖੋ ਜਾ ਕੇ ਜਿਹੜੇ ਸ਼ਬਦਾਂ ਦੇ ਹਰਥ ਬਦਲ ਜਾਂਦੇ ਆ ਸੂਬੇ ਦੇ ਅੰਦਰ ਤਾਂ ਉਹ ਸਰਕਾਰ ਜਿਹੜੀ ਹੈ ਹਾਕਮ ਤੇਰੀ ਹੁੰਦੀ ਹੈ ਉਥੇ ਹੋਰ ਪਾਰਟੀਆਂ ਹੁੰਦੀਆਂ ਜਿਹੜੀਆਂ ਵਿਰੋਧੀ ਧਿਰ ਹੁੰਦੀਆਂ ਪਰ ਜਦੋਂ ਆਪਾਂ ਕੇਂਦਰ ਤੇ ਸੂਬਿਆਂ ਦੇ ਸਬੰਧ ਵਿੱਚ ਗੱਲ ਕਰਦੇ ਆ ਤਾਂ ਉਥੇ ਇਹ ਟਰਮ ਵਰਤੀ ਜਾਂਦੀ ਹੈ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਉਂਝ ਇਹ ਟਕਰਾ ਗਪਾਲਜੀ ਕੋਈ ਨਵਾਂ ਜਾਂ ਪਹਿਲੀ ਵਾਰ ਨਹੀਂ ਆ ਹੁਣ ਥੋੜਾ ਜਿਆਦਾ ਜ਼ਿਆਦਾ ਉੱਪਰ ਕੇ ਗੱਲ ਸਾਹਮਣੇ ਆਈ ਹੈ ਪਰ ਪਿਛਲੇ ਸਮਿਆਂ ਦੇ ਵਿੱਚ ਵੀ ਜੇ ਆਪਾਂ ਜਿਹੜੀਆਂ ਰਵਾਇਤੀ ਸਰਕਾਰਾਂ ਲਈਆਂ ਇਸ ਦੇ ਦੇ ਅੰਦਰ ਲੰਬਾ ਸਮਾਂ ਜਿਹੜਾ ਹੈਗਾ ਕਾਂਗਰਸ ਅਤਾਤ ਰਹੀ ਹੈ ਕਾਂਗਰਸ ਬੀ ਜਿਹੜੀ ਹੈਗੀ ਐ ਇਸ ਹਥਿਆਰ ਨੂੰ ਇਸਤੇਮਾਲ ਕਰਦੀ ਰਹੀ ਹੈ ਸਭ ਤੋਂ ਪਹਿਲਾਂ ਬਹੁਤ ਲੰਬਾ ਸਮਾਂ ਪਹਿਲਾਂ ਕੇਰਲਾ ਦੇ ਜਦੋਂ ਖੱਬੀਧਰਦੀ ਸਰਕਾਰ ਸੀ ਤਾਂ ਉਦੋਂ ਕਾਂਗਰਸ ਨੇ ਜਿਹੜਾ ਕਿਸਿਆਨੇ ਬਣੇ ਉਥੇ ਗਨਰੂ ਲਾਇਆ ਜੀ ਤੇ ਗਨਰੂ ਦੇ ਰਾਹੀਂ ਹੀ ਜਿਹੜੀ ਉਥੋਂ ਦੀ ਲੈਫਟ ਹੈ ਸਰਕਾਰ ਜਿਹੜੀ ਬਹੁਸੰਮਤੀ ਦੀ ਸਰਕਾਰ ਸੀ ਉਹ ਸਰਕਾਰ ਨੂੰ ਤੋੜਿਆ ਗਿਆ ਪੰਜਾਬ ਬੜਾ ਭੁਗਤ ਭੁਗੀ ਰਿਹਾ ਪੰਜਾਬ 'ਚ ਕਈ ਮੌਕੇ ਜੇ ਆਏ ਐ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੋੜੀ ਗਈ ਐ ਅਕਾਲੀ ਦਲ ਭਾਜਪਾ ਦੀਆਂ ਸਰਕਾਰਾਂ ਵੀ ਪੰਜਾਬ 'ਚ ਉਨਾਂ ਨੇ ਵੀ ਇਹੋ ਜੇ ਸੰਕਟ ਵਾਲੇ ਔਖੇ ਸਮੇਂ ਜਿਹੜੇ ਹੈਗੇ ਆ ਦੇਖੇ ਆ ਯਾਨੀ ਕਿ ਰਵੈਤੀ ਸਰਕਾਰਾਂ ਦੇ ਸਮੇਂ ਵੀ ਜਿਹੜੀਆਂ ਕੇਂਦਰ ਚ ਰਹੀਆਂ ਇਹ ਗੱਲਾਂ ਉੱਠਦੀਆਂ ਰਹੀਆਂ ਪਰ ਉਹਦੋਂ ਗੱਲ ਥੋੜੀ ਜੀ ਸੀਮਿਤ ਇਸ ਤੱਕ ਹੁੰਦੀ ਸੀ ਕਿ ਕਿਧਰੇ ਨਾ ਕਿਧਰੇ ਗਵਰਨਰ ਦੇ ਰਹੀਂ ਜਦੋਂ ਕੋਈ ਉੱਥੇ ਕੋਈ ਆਜਾ ਸਵਿਧਾਨਕ ਪੇਚ ਫਸ ਜਾਂਦਾ ਅੱਜ ਕੱਲੋ ਪੰਜਾਬ ਚ ਕਾਲੀ ਦਲ ਦੀ ਸਰਕਾਰ ਹੈ ਉੱਥੇ ਵਿੱਚ ਬਗਾਵਤ ਹੋ ਗਈ ਕੋਈ ਵਿਰੋਧੀ ਗਰੁੱਪ ਖੜਾ ਹੋ ਗਿਆ ਵਿਰੋਧੀ ਗਰੁੱਪ ਨੇ ਕਹਿਦਾ ਕਿ ਅਸੀਂ ਇਹਨਾਂ ਦੀ ਹਮਾਇਤ ਨਹੀਂ ਕਰਦੇ ਤਾਂ ਉਹ ਮੌਕਾ ਦੇਣ ਦੀ ਬਜਾਏ ਉਥੇ ਕੋਈ ਨਰੂ ਲਾਗੂ ਕਰ ਦਿੱਤਾ ਗਿਆ ਆਨੇ ਬਾਨੇ ਪਰ ਹੁਣ ਜਿਹੜਾ ਹੈਗਾ ਉਹ ਇਹਦਾ ਸਿਸਟਮ ਵੀ ਨਹੀਂ ਹੈ ਹੁਣ ਜੇ ਆਪਾਂ ਪੰਜਾਬ ਦੀ ਗੱਲ ਹੀ ਕਰ ਲਈਏ ਪੰਜਾਬ ਦਾ ਗopal ji 92 ਵਿਧਾਇਕ ਹੈ ਇੱਥੇ ਤਾਂ ਕੋਈ ਉਹਦੀ ਗੱਲ ਹੈ ਨਹੀਂ ਕਿ ਇੱਕ ਗਰੁੱਪ ਟੁੱਟ ਕੇ ਚਲਾ ਗਿਆ ਤੇ ਉਹਨਾਂ ਨੂੰ ਮੌਕਾ ਮਿਲ ਗਿਆ ਇਹਦੇ باوجود ਜਦੋਂ ਦੀ ਸਰਕਾਰ ਪੰਜਾਬ 'ਚ ਬਣੀ ਵੀ ਹੈ ਗਵਰਨਰ ਨੇ ਵੀ ਕਿਸੇ ਨਾ ਕਿਸੇ ਤਰੀਕੇ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਦੇ ਨਾਕਾਜ ਦਮ ਕਰਕੇ ਰੱਖਿਆ ਇਹ ਦੇ ਕੇ ਆ ਕੇ ਜੀ ਸੈਸ਼ਨ ਹੋ ਨਹੀਂ ਸਕਦਾ ਜੇ ਕਰ ਲੈਂਦੇ ਤਾਂ ਕਹਿੰਦੇ ਇਲੈਗਲ ਹੈ ਜੇ ਫਿਰ ਵੀ ਹੋ ਜਾਂਦਾ ਬਿੱਲ ਪਾਸ ਹੋ ਜਾਂਦਾ ਕਹਿੰਦੇ ਬਿੱਲ ਪਰਵਾਨ ਨਹੀਂ ਕਰਾਂਗਾ ਸੁਪਰੀਮ ਕੋਰਟ ਇੱਕ ਵਾਰ ਜਾ ਦੋ ਵਾਰ ਜਾ ਪਰ ਇਹ ਕਲਾ ਪੰਜਾਬ ਨਹੀਂ ਹੈ ਤਾਮਲਨਾਡੂ ਚ ਵੀ ਇਦਾਂ ਦਾ ਤਾਮਲਨਾਡੂ ਦੀ ਹੁਣ ਲੇਟੈਸਟ ਐਗਜ਼ੈਂਪਲ ਪੀਸੇ ਦੇਣਾ ਸੁਪਰੀਮ ਕੋਰਟ ਦੇ ਤੋਂ ਮਾਮਲਾ ਸੀ ਜੀ ਤਾਂ ਸੁਪਰੀਮ ਕੋਰਟ ਨੇ ਕਿਹਾ گورنر ਨੂੰ ਉਹਨਾਂ ਦੇ ਆਫਿਸ ਮੇਂ ਗੱਲ ਪੁੱਛੀ ਕਿ ਜਿਹੜੇ ਬਿੱਲ ਉਥੋਂ ਦੀ ਸਰਕਾਰ ਨੇ ਜਿਹੜੇ ਬੀ ਦੇ ਵਿੱਚ ਪਾਸ ਕਰੇ ਉਹ ਤਕਰੀਬਨ 10 ਤੋਂ ਉੱਪਰ ਬਿੱਲ ਬਣਦੇ ਆ ਉਹ ਗਵਰਨਰ ਨੂੰ ਭੇਜੇਗੇ ਉਹ ਬਿੱਲ ਜਿਹੜੇ ਹੈਗੇ ਆ 20 ਦੇ ਗਏ ਬੇ ਹੁਣ ਤੱਕ ਜਿਹੜੇ ਹੈਗੇ ਆ ਉਹ ਭੇਜੇ ਨਹੀਂ ਗੇ ਵਾਪਸ ਯਾਨੀ 10-10 ਸਾਲ ਨਿਕਲ ਜਾਣਾ ਗਵਰਨਰ ਕੋਲ ਕੀ ਅਧਿਕਾਰ ਹੈ ਕਿ ਗਵਰਨਰ ਨਾ ਤਾਂ ਬਿੱਲਾਂ ਨੂੰ ਪ੍ਰਵਾਨ ਕਰਦਾ ਹੈ ਤੇ ਨਾ ਹੀ ਰੱਦ ਕਰਦਾ ਆਪਣੇ ਕੋਲ ਰੱਖ ਕੇ ਬੈਠਾ ਹੈ ਜੀ ਇਦਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਹੋਰ ਸੂਬਿਆਂ ਦੇ ਚੁਠਣ ਨੂੰ ਇਹ ਗੱਲ ਮੈਂ ਇਸ ਮੁੱਦੇ ਤੇ ਹੋਰ ਜ਼ਰੂਰ ਕਰਨੀ ਚਾਹਾਂਗਾ ਕਈ ਵਾਰੀ ਕਿੰਦਾ ਕਿ ਗਵਰਨਰ ਵੀ ਆਪਣੇ ਆਪ ਨੂੰ ਕਹਿੰਦੇ ਕਿ ਜੀ ਅਸੀਂ ਇੱਥੇ ਇਨਸਕਿਉਰਾਂ ਵੀ ਬੜੀ ਦਿਲਚਸਪ ਉਪ ਐਗਜ਼ੈਂਪਲ ਹੈ ਕਿ ਗਵਰਨਰ ਸਾਹਿਬ ਨੂੰ ਪਤਾ ਨਹੀਂ ਕਾਹਦਾ ਖਤਸਾ ਹੂੰ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਕੁਝ ਦਿਨ ਪਹਿਲਾਂ ਜਿਹੜਾ ਬੰਗਾਲ ਦਾ ਗਵਰਨਰ ਹੈਗਾ ਉਹ ਬਕਾਇਦਾ ਮੀਡੀਆ 'ਚ ਆਈ ਹੈ ਇਹ ਗੱਲ ਕਿ ਗਵਰਨਰ ਨੇ ਇਹ ਗੱਲ ਕਹੀ ਹੈ ਕਿ ਮੇਰਾ ਜਿਹੜਾ ਆਫਿਸ ਹੈ ਉਹਦੀ ਸਰਕਾਰ ਵੱਲੋਂ ਜਸੂਸੀ ਕੀਤੀ ਜਾ ਰਹੀ ਹੈ ਅੱਛਾ ਜੀ ਮੇਰੇ ਕੋਲੇ ਕਹਿੰਦੇ ਪੱਕੇ ਸਬੂਤ ਹੈ ਹੂੰ ਉਹ ਗਵਰਨਰ ਜਸੂਸੀ ਕਰਨ ਕੇ ਪਤਾ ਨਹੀਂ ਸਰਕਾਰ ਨੇ ਉਹਦੇ ਚ ਕੀ ਲੱਭਣਾ ਜਾਂ ਤਾਂ ਇਹ ਲੱਗਦਾ ਕਿ ਸਰਕਾਰ ਕੇ ਤੇ ਤੋੜਨ ਦੀ ਗੱਲ ਤਾਂ ਨਹੀਂ ਕਰ ਰਹਾ ਗਵਰਨਰ ਉਹ ਪਤਾ ਕਰਨਾ ਚਾਹੁੰਦੇ ਆ ਪਰ ਗਵਰਨਰ ਨੇ ਵੀ ਜੇ ਅਲੀਗੇਸ਼ਨ ਲਾਇਆ ਉਹ ਤਾਂ ਮੇਰੇ ਕੋਲ ਸਬੂਤ ਹੈ ਇਸ ਗੱਲ ਦੇ ਅਕਸਰ ਜਿਹੜੇ ਇਹੋ ਜਿਹੇ ਸਬੂਤ ਹੁੰਦੇ ਆ ਜਦੋਂ ਅਦਾਲਤਾਂ ਚ ਜਾਂਦੇ ਆ ਜਾਂ ਹੋਰ ਜਾਂਦੇ ਆ ਲੰਬੇ ਚੱਕਰ ਪੈਂਦੇ ਆ ਔਰ ਕਈ ਵਾਰੀ ਉਸ ਤੋਂ ਬਾਅਦ ਗਵਰਨਰ ਹੀ ਬਦਲ ਜਾਂਦੇ ਆ ਮਾਮਲੇ ਵੀ ਉੱਥੇ ਜਿੱਥੇ ਹੀ ਰਹਿ ਜਾਂਦੇ ਆ ਪਰ ਗਵਰਨਰ ਦਾ ਇਹ ਕਹਿਣਾ ਕਿ ਮੇਰੀ ਜਸੂਸੀ ਹੋਈ ਹੈ ਮੈਂ ਆਪਣੇ profession career ਚ ਲੰਬੇ profession career ਪਹਿਲੀ ਵਾਰੀ ਗਪਾਲ ਜੀ ਕਿਸੇ ਗਵਰਨਰ ਦੇ ਕਮੈਂਟ ਸੁਣਿਆ ਕਿ ਸਰਕਾਰ ਬਾਰੇ ਕਿਹਾ ਜਾਵੇ ਕਿ ਗਵਰਨਰ ਦੀ ਜਸੂਸੀ ਕੀਤੀ ਜਾ ਰਹੀ ਹੈ ਹਮ ਆਪਾਂ ਤਾਂ ਗੱਲ ਕਰ ਰਹੇ ਨੇ ਕਿ ਵੀ ਗਵਰਨਰ ਜਿਹੜੇ ਹੈਗੇ ਆ ਉਹ ਸਰਕਾਰਾਂ ਦੇ ਉੱਤੇ ਪਰੇਸ਼ਾਨੀਆਂ ਖੜੀਆਂ ਕਰ ਰਿਹਾ ਹੈ ਪਰ ਇੱਕ ਗਵਰਨਰ ਇਹੋ ਜਿਹਾ ਵੀ ਨਿਤਰਾ ਮੈਦਾਨ ਚ ਜਿਹੜਾ ਕਹਿੰਦਾ ਕਿ ਮੈਂ ਹੀ ਪਰੇਸ਼ਾਨ ਹ ਹਮ ਉਹ ਰਾਤਾ ਆਪਣੇ ਆਪ ਉਹ ਬਦਲੀ ਕਰਵਾ ਸਕਦਾ ਕਿਉਂਕਿ ਰਾਸ਼ਟਰਪਤੀ ਦਾ ਲੈਵਨ ਨਮੈਂਦਾ ਹੈਗਾ ਸੋ ਇਹੇ ਜੀ ਟਕਰਾਅ ਦੀ ਸਥਿਤੀ ਦੇ ਵਿੱਚ ਜਾਨੀ ਸੂਬਿਆਂ ਦੇ ਅੰਦਰ ਇੱਕ ਗੈਰਜਕਿਨੀ ਦਾ ਮਾਹੌਲ ਪੈਦਾ ਹੁੰਦਾ ਹੈ ਉਹ ਜਿਹ ਗੈਰਜਕਿਨੀ ਦਾ ਮਾਹੌਲ ਸੂਬੇ ਦੇ ਵਿਕਾਸ ਦੇ ਲਈ ਡੈਮੋਕ੍ਰੈਟਿਕ ਸਿਸਟਮ ਦੇ ਲਈ ਉਹ ਮੇਸ਼ੇ ਕਾਤਕ ਹੁੰਦਾ ਜਦੋਂ ਇਹ ਜਿਹ ਟਰਾਂਵਾ ਹੋ ਜਾਂਦੀਆਂ ਨੇ ਜਦੋਂ ਰਾਜਪਾਲ ਆ ਉਹ ਸੂਬਾ ਸਰਕਾਰ ਤੇ ਇਲਜ਼ਾਮ ਲਗਾ ਰਿਹਾ ਹੈ ਤੇ ਸੂਬਾ ਸਰਕਾਰ ਰਾਜਪਾਲ ਤੇ ਲਗਾ ਰਹੀ ਹੈ ਤਾਂ ਵਿਰੋਧੀਆਂ ਨੂੰ ਵੀ ਕਿਤਨਾ ਕਿਤੇ ਹੁਲਾਰਾ ਮਿਲ ਜਾਂਦਾ ਜੀ ਇਸ ਚੀਜ਼ ਦਾ ਕਿ ਵਿਰੋਧ ਕਰਨ ਦਾ ਉਹ ਗਵਰਨਰ ਦੇ ਟਿੱਪਣੀ ਨੂੰ ਵਰਤਦੇ ਨੇ ਕਿ ਹਾਂਜੀ ਸੁਭਾ ਸਰਕਾਰ ਦੀ ਤਾਂ ਗਵਰਨਰ ਨਾਲ ਨਹੀਂ ਬੰਨ ਰਹੀ ਤਾਂ ਮੇਰਾ ਮੰਨਣਾ ਕਿ ਵਿਰੋਧੀਆਂ ਨੂੰ ਵੀ ਕਿਤੇ ਨਾ ਕਿਤੇ ਇਸ ਚੀਜ਼ ਨਾਲ ਹੁਲਾਰਾ ਮਿਲਦਾ ਵਿਰੋਧ ਕਰਨ ਦਾ ਗੋਪਾਲ ਬੜਾ ਪੋਲੀਟਿਕਲ ਅਹਿਮ ਸਵਾਲ ਹੈ ਜਿਸ ਮਾਮਲੇ ਦੀ ਤੁਸੀਂ ਗੱਲ ਕਰ ਰਹੇ ਹੋ ਦੇਖੋ ਜੇ ਆਪਾਂ ਪੰਜਾਬ ਦੀ ਦੂਜੇ ਸੂਬਿਆਂ ਦੀ ਆਪਾਂ ਗੱਲ ਕਰ ਹੀ ਰਹੇ ਹਾਂ ਜੇ ਆਪਾਂ ਪੰਜਾਬ ਕਿਉਂਕਿ ਆਪਣਾ ਸੂਬਾ ਜੇ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪਿਛਲੇ ਜਦੋਂ ਦੇ ਬਨਵਾਰੀ ਲਾਲ ਪ੍ਰੋਹਿਤ ਗਵਰਨਰ ਦੇ ਤੌਰ ਤੇ ਆਏ ਹੋਰ ਆਮ ਆਦਮੀ ਦੀ ਸਰਕਾਰ ਹੈਗੀ ਹੈ ਲਗਾਤਾਰ ਜਿੱਦਾਂ ਆਪਾਂ ਗੱਲ ਕਰ ਰਹੇ ਦੋ ਵਾਰੀ ਤੇ ਸੁਪਰੀਮ ਕੋਰਟ ਹੀ ਜਾ ਚੁੱਕੀ ਹੈ ਸਰਕਾਰ ਉੱਥੇ ਸਵਾਲ ਜਵਾਬ ਕਿ ਬਿੱਲ ਕਿਉਂ ਰੁਕੇ ਗਿਆ ਸੈਸ਼ਨ ਕਿਉਂ ਨਹੀਂ ਹੋ ਰਹੇ ਕਿਉਂ ਹੋ ਰਹੇ ਹੈ ਤੇ ਫਿਰ ਖਤੋ-ਖਤਾਬ ਜਿਹੜਾ ਹੈਗਾ ਗਵਰਨਰ ਜਿਹੜਾ ਹੈਗਾ ਪੁੱਛ ਰਿਹਾ ਸੀ ਨੂੰ ਕਿ ਆ ਦੱਸੋ ਜਿਹੜਾ ਹੈਗਾ ਤੁਹਾਡੇ ਜਿਹੜਾ ਵਿਤੀ ਹਾਲਤ ਸਟੇਟ ਵੀ ਕਿਹੋ ਜੀ ਹੈ ਮੈਨੂੰ ਹਿਸਾਬ ਦਿਓ ਮੈਨੂੰ ਕਾਨੂੰਨ ਦੀ ਹਾਲਤ ਕਿਹੋ ਜੀ ਹੈ ਹਿਸਾਬ-ਕਿਤਾਬ ਦਿਓ ਯਾਨੀ ਸੁਪਰੀਮ ਕੋਰਟ ਇਹ ਕਹਿੰਦਾ ਹੈ ਕਿ ਕੀ ਹੁਣ ਜਿਹੜੇ ਚੁਣੀ ਹੋਈ ਲੋਕਾਂ ਦੀ ਇਲੈਕਟਿਡ ਗਵਰਨਮੈਂਟ ਹੈ ਦੇਖੋ ਇਲੈਕਟਿਡ ਗਵਰਨਮੈਂਟ ਦੇ ਉੱਪਰ ਇੱਕ ਕੋਈ ਇਹੋ ਜੀ ਤਾਕਤ ਆ ਕੇ ਬੈਠ ਗਈ ਹੈ ਜਿਹੜੀ ਅਨਕਨਸਟੀਟਿਊਸ਼ਨ ਕਹੀਏ ਕਿ ਉਹ ਮੁੱਖ ਮੰਤਰੀ ਤੋਂ ਵੀ ਉੱਪਰ ਦੀ ਹੈ ਹੂੰ ਪੰਜਾਬ ਜਾਂ ਕਿਸੇ ਵੀ ਸੂਬੇ ਦੇ ਲੋਕਾਂ ਨੇ ਆਪ ਤਾਮਨ ਲਾਡੂ ਦੀ ਗਵਰਨਰ ਦੀ ਹੋਰਾਂ ਦੀ ਗੱਲ ਕਰ ਰਹੇ ਆ ਕਿਸੇ ਵੀ ਸੂਬੇ ਦੇ ਲੋਕਾਂ ਨੇ ਆਪਣੇ ਮੁੱਖ ਮੰਤਰੀ ਲਈ ਤੇ ਆਪਣੇ ਸਰਕਾਰ ਲਈ ਵੋਟਾਂ ਪਾਈਆਂ ਕਿ ਸਾਡੀ ਸਰਕਾਰ ਕੌਣ ਹੋएगी ਗਵਰਨਰ ਲਈ ਤਾਂ ਵੋਟ ਕਿਸੇ ਨੇ ਪਾਈ ਨਹੀਂ ਨਾ ਹੀ ਗਵਰਨਰ ਕੋਲੇ ਉਹ ਅਧਿਕਾਰ ਹੈ ਦੇਲੇ ਸੰਵਿਧਾਨ ਦੇ ਵਿੱਚ ਇੱਕ ਮੁੱਖ ਮੰਤਰੀ ਨੂੰ ਹੋਣੇ ਚਾਹੀਦੇ ਹੈ ਉਹ ਕਨਸਟੀਟਿਊਸ਼ਨ ਹੈਡ ਇੱਕ ਰਿਸਪੈਕਟਿਵ ਅਹੁਦਾ ਜ਼ਰੂਰ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਚੀਫ ਮਿਨਿਸਟਰ ਦੀਆਂ ਸ਼ਕਤੀਆਂ ਨੂੰ ਇਸਤੇਮਾਲ ਕਰ ਸਕਦਾ ਹੈ ਜੀ ਤੁਹਾਡੀ ਇਸ ਗੱਲ ਤੋਂ ਮੈਨੂੰ ਇੱਕ ਸੀਐਮ ਸਾਹਿਬ ਦਾ ਬਿਆਨ ਯਾਦ ਆ ਗਿਆ ਜੀ ਤੁਸੀਂ ਅਨਕਨਸਟੀਟਿਊਸ਼ਨ ਵਰਡ ਯੂਜ਼ ਕੀਤਾ ਲੰਘੇ ਜਿਹੜੇ ਸੀਐਮ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬਿਆਨ ਦਿੱਤਾ ਕਿ ਭਾਜਪਾ ਨੇ ਕੇਂਦਰ ਸਰਕਾਰ ਨੇ ਹਰ ਇੱਕ ਸੂਬੇ ਦੇ ਵਿੱਚ ਆਪਣਾ ਇੱਕ ਬੰਦਾ ਛੱਡਿਆ ਹੋਇਆ ਜਿਸ ਨੂੰ ਕਹਿੰਦੇ ਨੇ ਰਾਜਪਾਲ ਤੇ ਉਹ ਵਿਕਾਸ ਵਿੱਚ ਅੜਿੱਕੇ ਪੈਦਾ ਕਰਨ ਲਈ ਛੱਡਿਆ ਕਿ ਜਿਹੜੀ ਗੈਰ ਭਾਜਪਾ ਸਰਕਾਰ ਹੈ ਉਹ ਆਪਣੇ ਸੂਬੇ ਵਿੱਚ ਵਿਕਾਸ ਨਾ ਕਰ ਦਵੇ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਜਿਹੜਾ ਆਪਣੀ ਜਗ੍ਹਾ ਦੇਤੇ ਉਹਨਾਂ ਦੀ ਗੱਲ ਵਾਜਬ ਹੋ ਸਕਦੀ ਹੈ ਕਿਉਂਕਿ ਜਦੋਂ बार-बार ਸਰਕਾਰ ਦੇ ਦਖਲ ਦੇ ਚ ਉਹਦੇ ਬਾਰੇ ਚਿੱਠੀਆਂ ਲਿਖੀਆਂ ਜਾਂਨ ਗੌਰਨਰ ਵੱਲੋਂ ਤਾਂ ਇਹ ਗੱਲ ਆਏਗੀ ਆਏਗੀ ਕਿ ਵੀ ਕੇਂਦਰ ਨੇ ਇੱਕ ਆਪਣਾ ਨੁਮਾਇੰਦਾ ਬਿਠਾਤਾ ਹੂੰ ਦੇਖੋ ਉਹਨਾਂ ਜਿੱਥੇ-ਜਿੱਥੇ ਵੀ ਇਸ ਦੇਸ਼ ਦੇ ਅੰਦਰ ਕਿੰਨੇ ਸੂਬੇ ਆ ਜਿੱਥੇ ਭਾਜਪਾ ਦੀਆਂ ਸਰਕਾਰਾਂ ਨਹੀਂ ਆ ਬੁਰਦੀ ਤਰ੍ਹਾਂ ਦੀਆਂ ਸਰਕਾਰਾਂ ਹੈਗੀਆਂ ਜੀ ਉਹਨਾਂ ਸੂਬਿਆਂ ਦੇ ਅੰਦਰ ਜੇ ਹੁਣ ਆਪਾਂ ਕਹੀਏ ਉਥੋਂ ਦੀਆਂ ਜਿਹੜੀਆਂ ਹਾਕਮਤਾਂ ਆ ਉਹਨਾਂ ਨੇ ਲੋਕਾਂ ਦੇ ਮਸਲੇ ਨੂੰ ਹੱਲ ਕਰਨਾ ਉਹ ਜੋ ਆਉਂਦੇ ਆ ਤੇ ਜੇ ਕੇਂਦਰ ਇਹ ਸਮਝੇ ਕਿ ਵੀ ਅਸੀਂ ਉਹ ਸਾਡਾ ਗਵਰਨਰ ਬੈਠਾ ਗੁਰਨਦੇਰ ਆਈ ਅਸੀਂ ਉਹਦੀ ਬਾਮ ਰੋੜਗੇ ਗੁਰਨਦੇਰ ਆਈ ਅਸੀਂ ਉਥੇ ਆਸਰਤਾ ਦਾ ਮਾਹੌਲ ਪੈਦਾ ਕਰਗੇ ਤਾਂ ਫਿਰ ਮੁਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਵਾਜਬ ਹੈ ਨਾ ਹਾਂ ਬਿਲਕੁਲ ਜੀ ਕਿ ਵੀ ਕੇਂਦਰ ਨੇ ਇੱਕ ਆਪਣਾ ਨਮਾਇੰਦਾ ਬਿਠਾਤਾ ਆਪਣਾ ਨਮਾਇੰਦਾ ਪਿਠਾਉਂਦਾ ਉਹਦਾ ਏ ਸੀ ਕਿ ਸੰਵਿਧਾਨਕ ਤੌਰ ਤੇ ਇੱਕ ਸੰਵਿਧਾਨਕ ਤੌਰ ਤੇ ਹੈਡ ਆਫ ਸਟੇਟ ਦਾ ਜਿਹੜਾਗਾ ਸੰਵਿਧਾਨਕ ਪਾਵਰ ਦਾ ਸੈਸ਼ਨ ਚੱਲਦਾ ਹੈ ਡੈਮੋਕਰੈਟਿਕ ਵੇ ਨਾਲ ਜਿੱਦਾਂ ਪਾਕਸਰ ਜ਼ਿਕਰ ਕਰਦੇ ਆ ਉਹ ਪਹਿਲੇ ਸੈਸ਼ਨ ਨੂੰ ਨਗਰੇ ਹੋਰ ਕੋ ਸਮੇਂ ਤੱਕ ਨਵਾਂ ਸਾਲ ਆਏਗਾ ਤੇ ਜਨਵਰੀ ਦੇ ਨਵੇਂ ਸਾਲ ਦੇ ਜਦੋਂ ਵੀ ਸੈਸ਼ਨ ਹੁੰਦਾ ਹੈ ਤਾਂ ਪਹਿਲੇ ਸੈਸ਼ਨ ਚ ਗਵਰਨਰ ਜਿਹੜਾ ਹੈਗਾ ਐਡਰੈਸ ਕਰਦਾ ਹੈ ਅਸੈਂਬਲੀ ਨੂੰ ਉਹ ਜਿਹੜੇ ਅਧਿਕਾਰਤਾ ਅਧਿਕਾਰ ਹੈ ਉਹ ਗਵਰਨਰ ਕੋਲੇ ਹੈਗੇ ਆ ਪਰ ਜੇ ਕੇਂਦਰ ਇਹ ਕਹੇ ਕਿ ਵੀ ਅਸੀਂ ਗਵਰਨਰ ਦੇ ਰਾਹੀਂ ਜਿਹੜਾ ਉੱਥੇ ਪ੍ਰੋਬਲਮਾਂ ਖੜੀਆਂ ਕਰ ਦਈਏ ਹੁਣ ਜੇ ਗਵਰਨਰ ਬਰਾਬਰ ਸੂਬਿਆਂ ਚ ਦੌਰੇ ਕਰੇਗਾ ਹੁਣ ਪੰਜਾਬ ਦੀ ਆਪਾਂ ਜਦੋਂ ਗੱਲ ਕਰਦੇ ਆਂ ਦੇਖੋ ਗਵਰਨਰ ਦਾ ਕਿਧਰੇ ਜਾਣਾ ਕੋਈ ਅਨਕਨਸਟੀਚਿਊਸ਼ਨ ਨਹੀਂ ਕੋਈ ਕਹਿ ਸਕਦਾ ਪਰ ਜੇ ਗਵਰਨਰ ਬਾਰ-ਬਾਰ ਦੌਰੇ ਕਰੇ ਕਿ ਮੈਂ ਜ ਸਰਦੀ ਸੂਬਾ ਹੈ ਉੱਥੇ ਜਾ ਕੇ ਦੌਰੇ ਕਰਦਾ ਹਾਂ ਉੱਥੇ ਗਵਰਨਰ ਕਹਿ ਰਿਹਾ ਕਿ ਪੰਜਾਬ ਤੋਂ ਮਨਸ਼ਾ ਪਰਚੰਤਾ ਦਾ ਪ੍ਰਗਟਾਵਾ ਕਰਦਾ ਹਾਂ ਹੁਣ ਕੰਟਰਡਿਕਸ਼ਨ ਦੇਖੋ ਕਿੱਥੇ ਹੁੰਦੀਆਂ ਹ ਜਿਹੜਾ ਮੁੱਖ ਮੰਤਰੀ ਆ ਉਹ ਤਾਂ ਕਹਿ ਰਿਹਾ ਕਿ ਅਸੀਂ ਨਸ਼ਿਆਂ ਤੇ ਕੰਟਰੋਲ ਕਰ ਰਹੇ ਹਾਂ ਹਾਲਾਂਕਿ ਇਹ ਗੱਲ ਵੀ ਵਿਵਾਦਿਤ ਹੋ ਸਕਦੀ ਹੈ ਬਹਿਸ ਦਾ ਮੁੱਦਾ ਹੋ ਸਕਦੀ ਹੈ ਕਿ ਨਸ਼ਿਆਂ ਤੇ ਕੰਟਰੋਲ ਹੋਇਆ ਕਿ ਨਹੀਂ ਹੋਇਆ ਜੀ ਬਿਲਕੁਲ ਮੁੱਖ ਮੰਤਰੀ ਦੇ ਬਿਆਨ ਨੂੰ ਵਿਰੋਧੀ ਧਿਰਾਂ ਵੱਲੋਂ ਚੈਲੰਜ ਕਰਨਾ ਕਹਿਣਾ ਉਹਨਾਂ ਦਾ ਇੱਕ ਅਧਿਕਾਰ ਹੈ ਪਰ ਜੇ ਗਵਰਨਰ ਇਹ ਕਹੇ ਕਿ ਵੀ ਇੱਥੇ ਨਸ਼ਿਆਂ ਤੇ ਕੰਟਰੋਲ ਹੋ ਨਹੀਂ ਰਿਹਾ ਤੇ ਮੁੱਖ ਮੰਤਰੀ ਕਹਿ ਰਿਹਾ ਕਿ ਅਸੀਂ ਨਸ਼ਿਆਂ ਨੂੰ ਕਾਬੂ ਕਰ ਰਹੇ ਹਾਂ ਉਹਦਾ ਮਜ਼ਾਕ ਜਿਹੜਾ ਹੈਗਾ ਡੈਮੋਕ੍ਰੇਸੀ ਦਾ ਕਿਵੇਂ ਬੰਦਦਾ ਹੁਣ ਕੱਲ ਨੂੰ ਜਦੋਂ ਵਿਧਾਨ ਸਭਾ ਦੀ ਪਟਲ ਤੇ ਗਵਰਨਰ ਆਪਣਾ ਭਾਸ਼ਣ ਪੜੇਗਾ ਉਸ ਗਵਰਨਰ ਦੇ ਭਾਸ਼ਣ ਦੀ ਵੀ ਜਨਨ ਸਭਾ ਗੱਲ ਕਹਿ ਸਕਦੇ ਆ ਕਿ ਨਸ਼ਿਆਂ ਦੇ ਬਾਰੇ ਚ ਆਏ ਜ਼ਰੂਰ ਆਏਗਾ ਫੈਕਟਸ ਹਮ ਦੇਤਾ ਥਉਣਗੇ ਤਾਂ ਹਥ ਜੋ ਵੀ ਆਉਣਗੇ ਪਰ ਉਹਦਾ ਇੱਕ ਜ਼ਰੂਰ ਜਿਹੜਾ ਹੈਗਾ ਭਰਾਵੇ ਜਾਏਗਾ ਕਿ ਪੰਜਾਬ ਚ ਨਸ਼ਿਆਂ ਨੂੰ ਕਾਬੂ ਕਰਨ ਦੇ ਲਈ ਸਰਕਾਰ ਐਕਟਿਵ ਹੈ ਨਸ਼ੇ ਘਟੇ ਹੈ ਬਹੁਤ ਸਾਰੇ ਨਸ਼ਾ ਤਸਕਰ ਫੜ ਕੇ ਅੰਦਰ ਸੁਟਿਆ ਕਾਰਵਾਈ ਹੋਈ ਹੈ ਐਨੀਆਂ ਦੀਆਂ ਜਾਇਦਾਦਾਂ ਜ਼ਬਤ ਹੋਈਆਂ ਐ ਇੰਨਾ ਗੋਲੀ ਸਿਕਾ ਫੜਿਆ ਗਿਆ ਸਾਰਾ ਕੁਝ ਆਉਂਦਾ ਪਰ ਜਿਹੜਾ ਗਵਰਨਰ ਇਹ ਕਹਿ ਰਿਹਾ ਕਿ ਨਸ਼ੇ ਕਾਬੂ ਨਹੀਂ ਹੋ ਰਹੇ ਨਸ਼ੇੰਦੇ ਜਿਹੜਾ ਪਸਾਰਾ ਹੋ ਰਿਹਾ ਹੈ ਜੀ ਤੇ ਜਦੋਂ ਵਿਧਾਨ ਸਭਾ ਦੇ ਅੰਦਰ ਉਹ ਭਾਸ਼ਣ ਪੜੇਗਾ ਮਾਈ ਸਰਕਾਰ ਕਹਿ ਕੇ ਮਾਈ ਗਵਰਨਮੈਂਟ ਕਹਿ ਕੇ ਤਾਂ ਉਦੋਂ ਬਿਲਕੁਲ ਕੰਟਰਡਿਕਸ਼ਨ ਨਹੀਂ ਹੋਏਗੀ ਸੋ ਇਸ ਕਰਕੇ ਜਿਹੜਾ ਹੈਗਾ ਡੈਮੋਕਰੈਟਿਕ ਸਿਸਟਮ ਦੇ ਵਿੱਚ ਆਪਣੇ ਆਪ ਤੇ ਬਹੁਤ ਵੱਡਾ ਸਵਾਲ ਇੱਕ ਬਿਖੜਾ ਖੜਾ ਕਰ ਰਹਾ ਹੈ ਕਿ گورنر ਇੱਕ ਹੋਰ ਭੂਮਿਕਾ ਦਾ ਕਰ ਰਿਹਾ ਹੈ ਸਰਕਾਰ ਇੱਕ ਹੋਰ ਭੂਮਿਕਾ ਇੱਕ ਸਰਕਾਰ ਦੇ ਅੰਦਰ ਇੱਕ ਸੂਬੇ ਦੇ ਅੰਦਰ ਦੋ ਸਰਕਾਰਾਂ ਤਾਂ ਸੰਵਿਧਾਨਕ ਤੌਰ ਤੇ ਵੀ ਨਹੀਂ ਚੱਲ ਸਕਦੀਆਂ ਸਰਕਾਰ ਤਾਂ ਇੱਕੋ ਚੱਲੇਗੀ ਜਾਂ ਮੁੱਖ ਮੰਤਰੀ ਪਗਵੰਤਾ ਮਾਨ ਹੈ ਜਾਂ ਨਹੀਂ ਹੈ ਜੀ ਜੇ ਨਹੀਂ ਹੈ ਤਾਂ گورنر ਹੈ ਜੇ ਮੁੱਖ ਮੰਤਰੀ ਹੈ ਤੇ ਗਵਰਨਰ ਦੇ ਉਹ ਅਧਿਕਾਰ ਨਹੀਂ ਹੋ ਸਕਦੇ ਕਿਸੇ ਵੀ ਸੂਬੇ ਦਾ ਹੋਵੇ ਜਾਈ ਜਿਹੜੇ ਮੁੱਖ ਮੰਤਰੀ ਦੇ ਅਧਿਕਾਰ ਹੂੰ ਤੁਸੀਂ ਸੀਐਮ ਆਨ ਦੇ ਜਵਾਬ ਨੂੰ ਬਿਆਨ ਨੂੰ ਕਿਹਾ ਕਿ ਉਹਨਾਂ ਦਾ ਕਿਤਨਾ ਕਿਤੇ ਵਾਜਬ ਹੋ ਸਕਦਾ ਇਸ ਬਿਆਨ ਨੂੰ ਅਸੀਂ ਵਾਜਬ ਇਸ ਕਰਕੇ ਵੀ ਕਹਿ ਸਕਦੇ ਹਾਂ ਕਿਉਂਕਿ ਸਭ ਤੋਂ ਵੱਧ ਆਬਾਦੀ ਵਾਲਾ ਜਿਹੜਾ ਸੂਬਾ ਹੈ ਉਹ ਸਾਡੇ ਦੇਸ਼ ਵਿੱਚ ਉੱਤਰ ਪ੍ਰਦੇਸ਼ ਹੈ ਤੇ ਉੱਥੋਂ ਦੇ ਜਿਹੜੇ ਗਵਰਨਰ ਨੇ ਸ਼੍ਰੀਮਤੀ ਅਨੰਦੀ ਦਾ ਬੇਨ ਉਹਨਾਂ ਦਾ ਨਾਂ ਹੈ ਤੇ ਉਹਨਾਂ ਦਾ ਵਿਵਾਦ ਨਹੀਂ ਹੈ ਸੂਬਾ ਸਰਕਾਰ ਨਾਲ ਕਿਉਂਕਿ ਉੱਥੇ ਭਾਜਪਾ ਸਰਕਾਰ ਹੈ ਤੇ ਤੁਸੀਂ ਦੇਖੋ ਕਿ ਜਿਹੜੀ ਕੇਰਲ ਤਾਮਿਲਨਾਡੂ ਦੀ ਸੀ ਗੱਲ ਕੀਤੀ ਹੈ ਉੱਥੇ ਗੈਰ ਭਾਜਪਾ ਸਰਕਾਰ ਹੈ ਆਰਿਫ ਮੁਹੰਮਦ ਜੀ ਨੂੰ ਸੁਪਰੀਮ ਕੋਰਟ ਦਾ ਨੋਟਿਸ ਗਿਆ ਇੱਥੇ ਆਪਣੇ ਪੰਜਾਬ ਦੇ ਵਿੱਚ ਬਨਵਾਰੀ ਲਾਲ ਪ੍ਰੋਹਿਤ ਨੂੰ ਸੁਪਰੀਮ ਕੋਰਟ ਦਾ ਨੋਟਿਸ ਗਿਆ ਜਿਹੜੇ ਸੂਬਿਆਂ ਦੇ ਵਿੱਚ ਭਾਜਪਾ ਸਰਕਾਰ ਨਹੀਂ ਹੈ ਕੇਂਦਰ ਸਰਕਾਰ ਨਹੀਂ ਹੈ ਉਹਨਾਂ ਸੂਬਿਆਂ ਦੇ ਵਿੱਚ ਹੀ ਸਾਨੂੰ ਇਹ ਵਿਵਾਦ ਵੇਖਣ ਨੂੰ ਮਿਲਦਾ ਹੈ ਇਸੇ ਕਰਕੇ ਸੀ ਸੀਐਮ ਮਾਨ ਦੇ ਬਿਆਨ ਨੂੰ ਵਾਜਬ ਕਹਿ ਸਕਦੇ ਹਾਂ ਕਿ ਉਹਨਾਂ ਨੇ ਕਿਹਾ ਕਿ ਭਾਜਪਾ ਨੇ ਆਪਣਾ ਨੁਮਾਇੰਦਾ ਛੱਡਿਆ ਜਿਹੜਾ ਕੀ ਵਿਕਾਸ ਦੇ ਵਿੱਚ ਅੜਿੱਕੇ ਪੈਦਾ ਕਰ ਰਿਹਾ। ਗਵਾਲ ਜਦੋਂ ਆਪਾਂ ਦੂਜੇ ਸੂਬਿਆਂ ਦੀ ਗੱਲ ਕਰਦੇ ਹਾਂ ਤੇ ਭਾਜਪਾ ਜਦੋਂ ਜੁਪੀ ਦੀ ਗੱਲ ਕੀਤੀ ਹੈ ਜਾਂ ਹੋਰ ਜਿੱਥੇ ਭਾਜਪਾ ਸ਼ਾਸਿਤ ਪ੍ਰਦੇਸ਼ ਹੈਗੇ ਹੈ। ਹੁਣ ਅਕਸਰ ਆਪਾਂ ਇਹ ਗੱਲ ਕਹਿੰਦੇ ਨੇ ਨਾ ਵਿਰੋਧੀਕਰਨ ਦੇ ਆਗੂ ਵੀ ਕਹਿੰਦੇ ਆ। ਇਸ ਦੇਸ਼ ਦੇ ਅੰਦਰ ਬਹੁਤ ਸਾਰੇ ਕਰੋੜਾਂ ਕਰੋੜਾਂ ਲੋਕ ਇਹੋ ਜਿਹੇ ਹੋਣਗੇ। ਜਿਹੜੇ ਜੁਪੀ ਦੇ ਗਵਰਨਰ ਦਾ ਨਾਂ ਤੱਕ ਨਹੀਂ ਜਾਣਦੇ ਹੁਣ। ਜੁਪੀ ਦਾ ਗਵਰਨਰ ਕੌਣ ਹੈ? ਤਾਂ ਹੀ ਮੈਂ ਜ਼ਿਕਰ ਕੀਤਾ ਕਿ ਸਭ ਤੋਂ ਵੱਧ ਆਬਾਦੀ ਵਾਲਾ ਜਦੋਂ ਕਿ ਸੁਬਾਹ ਇਹ ਧੰਨਵਾਦੀ ਆ ਮੈਂ ਤੁਹਾਡਾ ਵੀ ਕੋਈ ਸਾਡੇ ਦਰਸ਼ਕਾਂ ਦਾ ਘਟੋ ਘਟ ਪਤਾ ਲੱਗਾ ਕਿ ਜੂਬੀ ਦਾ ਗਵਰਨਰ ਕੌਣ ਹੈ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ ਕਿ ਜੂਬੀ ਦੇ ਗਵਰਨਰ ਦਾ ਨਾਂ ਹੀ ਕਦੇ ਆਉਂਦਾ ਕਦੇ ਜ਼ਿਕਰ ਤੱਕ ਨਹੀਂ ਆਉਂਦਾ ਬਿਲਕੁਲ ਜੀ ਜੇ ਪੰਜਾਬ ਦਾ ਆਪਾਂ ਗਵਰਨਰ ਦੀ ਗੱਲ ਕਰੀਏ ਤਾਂ ਹੋ ਸਕਦਾ ਮੁੱਖ ਮੰਤਰੀ ਦਾ ਨਾਂ ਤਾਂ ਕੋਈ ਰਹਿਣਾ ਭੁੱਲ ਜਾ ਗਵਰਨਰ ਦਾ ਨਾਂ ਰਹਿਣਾ ਨਹੀਂ ਭੁੱਲ ਸਕਦੇ ਕੋਈ ਇੰਨੇ ਵਾਰੀ ਬਨਵਾਰੀ ਲਾਲਪੁਰ ਹੋ ਤਾਂ ਬਨਵਾਰੀ ਲਾਲਪੁਰ ਤੇ ਨੈਵਰੀ ਮੀਡੀਆ ਚ ਹੈਡਲਾਈਨ ਆ ਬੰਦਾ ਸੁਖੀਆਂ ਦੇ ਵਿੱਚ ਰਾਜਪਾਲ ਸ਼ਬਦ ਸਭ ਤੋਂ ਵੱਧ ਵੇਖਣ ਨੂੰ ਮਿਲਦਾ ਜੀ ਮੈਨੂੰ ਲੱਗਦਾ ਸੀਐਮ ਘਟ ਤੇ ਰਾਜਪਾਲ ਸ਼ਬਦ ਜ਼ਿਆਦਾ ਵੇਖਣ ਨੂੰ ਮਿਲਦਾ ਯੈਸ ਐਬਸੋਲੂਟਲੀ ਸੋ ਇਹੀ ਇਹੀ ਵਜ੍ਹਾ ਹੈਗੀ ਹੈ ਕਿ ਕਿਉਂ ਇਹ ਸਵਾਲ ਉੱਠਦੇ ਆ ਜਿਹੜੀਆਂ ਵਿਰੋਧੀ ਤਰ੍ਹਾਂ ਕਿਉਂ ਸਰਕਾਰਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਸਰ ਕੀਤਾ ਜਾਂਦਾ ਹੈ ਔਰ ਜਦੋਂ ਉਹੋ ਜੀ ਸਥਿਤੀ ਹੁੰਦੀ ਹੈ ਤਾਂ ਫਿਰ ਉਹਦੇ ਨਾਲ ਹੁੰਦਾ ਕੀ ਹੈ ਕੰਮਕਾਜ ਤੇ ਕਿਉਂ ਅਸਰ ਪੈਂਦਾ ਜਿਹੜੀ ਗੱਲ ਕਹੀ ਜਾਂਦੀ ਹੈ ਦੇਖੋ ਜੇ ਗਵਰਨਰ ਜਾਂ ਕੇਂਦਰ ਜਿਹੜਾ ਹੈਗਾ ਕਿਸੇ ਸੂਬੇ ਦੀ ਸਰਕਾਰ ਤਾਂ ਅਸ਼ਦੀ ਮੇਟਲੀ ਜਿਹੜੀ ਆਈਐਸ ਲੋਬੀ ਹੈ ਜਿਹੜਾ ਕੇਡਰ ਹੈ ਉਹਦੀਆਂ ਜਿਹੜੀਆਂ ਹੈਗੀਆਂ ਸਾਰੀਆਂ ਸ਼ਕਤੀਆਂ ਜਿਹੜੀਆਂ ਹੈਗਾ ਉਹ ਕੇਂਦਰ ਦੇ ਅਧੀਨ ਹੁੰਦੀਆਂ ਬਿਲਕੁਲ ਤੇ ਹੁਣ ਜੇ ਪਤਾ ਹੋਏਗਾ ਕਿ ਸਿੱਧਾ ਟਕਰਾਅ ਹੈਗਾ ਗਵਰਨਰ ਉਹਨਾਂ ਦੀ ਗੱਲ ਮੰਨ ਨਹੀਂ ਰਿਹਾ ਤਾਂ ਕੱਲ ਨੂੰ ਫਿਰ ਸੂਬੇ ਦੇ ਅੰਦਰ ਵੀ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਸਰਕਾਰਾਂ ਦੇ ਕੰਮਕਾਜ ਤੇ ਅਸਰ ਪੈਣਾ ਸੁਭਾਵਿਕ ਹੈ ਹੂੰ ਕਿਉਂ ਜਿਹੜਾ ਅਫਸਰ ਸਹੀ ਉਹਨਾਂ ਦਾ ਕਹਿਣਾ ਮੰਨੇਗੀ ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਪੰਜਾਬ 'ਚ ਇੱਕ ਮੌਕਾ ਦੇਖੋ ਜਿਹਾ ਵੀ ਆਗਪਾਲ ਜਦੋਂ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਪਤਾ ਨਹੀਂ ਸ਼ਾਇਦ ਹੁਣ ਇੱਥੇ ਗਵਰਨਰ ਤੇ ਮੁੱਖ ਮੰਤਰੀ ਦਾ ਟਕਰਾਅ ਚੱਲਿਆ ਪਤਾ ਨਹੀਂ ਕਿਹੋ ਜੀ ਸਥਿਤੀ ਬਣੇਗੀ 92 ਸੀਟਾਂ ਹੋਣ ਦੇ ਬਾਵਜੂਦ ਵੀ ਜੇ ਸਵਾਲੀਆ ਨਿਸ਼ਾਨ ਲੱਗਦਾ ਇਸ ਘਟਨੇ ਲਈ ਕਿ ਸਰਕਾਰ ਰਹੇਗੀ ਕਿ ਨਹੀਂ ਰਹੇਗੀ ਫਿਰ ਕੌਣ ਹੈ ਜ਼ਿੰਮੇਵਾਰ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਡਰ ਉਦੋਂ ਪੈਦਾ ਹੋ ਜਾਂਦਾ ਜਦੋਂ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਗੱਲਾਂ-ਗੱਲਾਂ ਦੇ ਵਿੱਚ ਇਹ ਕਹਿ ਦਿੰਦੇ ਨੇ ਕਿ ਮੈਂ ਸੂਬੇ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਗੱਲਬਾਤ ਕਰ ਰਹੇ ਹਾਂ ਤੁਸੀਂ ਕਿਹਾ ਕਿ 92 ਵਿਧਾਇਕ ਹੁੰਣ ਦੇ ਬਾਵਜੂਦ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਹੋਣਾ ਤਾਂ ਸੁਭਾਵਿਕ ਹੈ ਜੀ ਬਿਲਕੁਲ ਗਵਰਨਰ ਨੇ ਇਹ ਗੱਲ ਕਹੀ ਹੈ ਬਿਲਕੁਲ ਤੁਸੀਂ ਤੁਹਾਡੀ ਸਾਫ਼ ਗੱਲ ਹੈ ਕਿ ਗਵਰਨਰ ਨੇ ਕਿਹਾ ਮੀਡੀਆ ਤੇ ਹੈ ਸਭ ਜਗ੍ਹਾ ਸਭ ਨੂੰ ਪਤਾ ਇਹ ਨਾ ਗੱਲਾਂ ਦਾ ਕਿ ਭਈ ਮੈਂ ਅਜਿਹੀ ਸਥਿਤੀ ਨਾ ਪੈਦਾ ਹੋ ਜੇ ਕਿੰਨਾ ਕਿ ਮੈਨੂੰ ਮਜਬੂਰ ਹੋਣਾ ਪਏ ਜਿਹੜਾ ਰਾਸ਼ਟਰਪਤੀ ਨੂੰ ਪੱਤਰ ਲਿਖਣ ਦੇ ਲਈ ਹੁਣ ਰਾਸ਼ਟਰਪਤੀ ਨੂੰ ਪੱਤਰ ਲਿਖਣ ਦਾ ਕੋਈ ਹੋਰ ਮੀਨਿੰਗ ਤਾਂ ਹੋ ਨਹੀਂ ਸਕਦਾ ਨਾ ਹੀ ਆਪਾਂ ਉਹ ਸ਼ਬਦਾਵਲੀ ਵਰਤ ਸਕਦੇ ਹਾਂ ਜੀ ਠੀਕ ਹੈ ਰਾਸ਼ਟਰਪਤੀ ਨੂੰ ਪੱਤਰ ਲਿਖਣ ਦਾ ਇੱਕੋ ਹੀ ਮਤਲਬ ਨਿਕਲਦਾ ਹੈ ਕਿ ਸਰਕਾਰ ਦੇ ਖਿਲਾਫ ਕਾਰਵਾਈ ਜੀ ਰਾਸ਼ਟਰਪਤੀ ਕੋਲੇ ਤਾਂ ਪੱਤਰ ਤਾਂ ਹੀ ਜਾਏਗਾ ਨਾ ਜੇ ਹੁਣ ਗਵਰਨਰ ਇੰਨੀ ਕੁ ਵਜ੍ਹਾ ਨੂੰ ਲੈ ਕੇ ਇਹ ਕਹਿ ਰਿਹਾ ਹੈ ਕਿ ਮੈਂ ਪੱਤਰ ਲਿਖਣ ਲਈ ਰਾਸ਼ਟਰਪਤੀ ਨੂੰ ਮਨਜ਼ੂਰ ਆਪਣਾ ਮਜਬੂਰ ਹੋਵਾਂਗਾ ਤਾਂ ਅੰਦਾਜ਼ਾ ਲਗਾ ਲਓ ਕਿ ਗਵਰਨਰ ਦੇ ਮਾਂਚ ਕਿੰਨਾ ਕਤਾਨਾਸ਼ਈ ਰਵਈਆ ਜਾਂ ਅਪਰੋਸ ਹੋਵੇਗੀ ਕਿ ਬੰਨ੍ਹੇ ਵਿਧਾਇਕਾਂ ਦੀ ਚੁਣੀ ਹੋਈ ਸਰਕਾਰ ਜਿਹੜੀ ਜੀ ਉਹਨੂੰ ਵੀ ਕਹਿੰਦੇ ਉਲਟਾਇਆ ਜਾ ਸਕਦਾ ਹੈ ਸਿਰਫ ਇਸ ਕਰਕੇ ਕਿ ਗਵਰਨਰ ਦੀਆਂ ਗੱਲਾਂ ਨਾਲ ਸਹਿਮਤੀ ਨਹੀਂ ਹੈ ਹਮ ਗਵਰਨਰ ਨੂੰ ਜਿਹੜਾ ਹੁਣ ਸੁਪਰੀਮ ਕੋਰਟ ਵੱਲੋਂ ਪੁੱਛਿਆ ਜਾ ਰਿਹਾ ਦੂਜੇ ਸੂਬਿਆਂ ਦੇ ਗਵਰਨਰ ਨੂੰ ਪੁੱਛਿਆ ਜਾ ਰਿਹਾ ਜਿੱਦਾਂ ਆਪਾਂ ਤਾਮਨਾ ਲਾਡੂ ਦੀ ਗੱਲ ਕੀਤੀ ਹੈ ਜੀ ਜੀ ਪੰਜਾਬ ਦੇ ਉੱਤੇ ਵੀ ਲਾਗੂ ਹੁੰਦੀ ਹੈ ਇਹ ਗੱਲ ਕਿ ਤੁਹਾਨੂੰ ਜਿਹੜੇ ਵਿਧਾਨ ਸਭਾ ਆ ਬਿਲ ਪਾਸ ਕਰਕੇ ਭੇਜਦੀਆਂ ਉਹ ਆਖਰ ਬਿਲ ਕਿਉਂ ਆਪਣੇ ਆਪ ਤੁਸੀਂ ਰੋਕਦੇ ਹੋ ਕੋਈ ਇਹੋ ਜਿਹਾ ਸਾਡੇ ਸੰਵਿਧਾਨਿਕ ਅਧਿਕਾਰ ਦਿੰਦਾ ਹੈ ਹਮ ਕਿ ਤੁਸੀਂ ਲੰਬੇ ਸਮੇਂ ਲਈ ਦੇਖੋ ਸਾਫ਼ ਈ ਗੱਲ ਹੈ ਕਿ ਜਦੋਂ ਕੋਈ ਵੀ ਵਿਧਾਨ ਸਭਾ ਪੰਜਾਬ ਹੈ ਜਾਂ ਦੂਜਾ ਸੂਬਾ ਹੈ ਜੀ ਜਦੋਂ ਵਿਧਾਨ ਸਭਾ ਕੋਈ ਬਿੱਲ ਪਾਸ ਕਰਕੇ ਭੇਜਦੀ ਹੈ ਤਾਂ ਉਹ ਗਵਰਨਰ ਕੋਲ ਜਾਂਦਾ ਹੈ ਗਵਰਨਰ ਕੋਲ ਇਹਨਾਂ ਅਧਿਕਾਰ ਜ਼ਰੂਰ ਹੈ ਜੇ ਕਿਸੇ ਬਿੱਲ ਨਾਲ ਸਹਿਮਤੀ ਨਹੀਂ ਹੈ ਉਹਦੇ ਵਿੱਚ ਕੋਈ ਸੋਧ ਚਾਹੁੰਦਾ ਹੈ ਤਾਂ ਉਹ ਬਿੱਲ ਵਾਪਸ ਭੇਜ ਸਕਦਾ ਹੈ ਕਿ ਬਿੱਲ ਨੂੰ ਦੁਬਾਰਾ ਆ ਜਾ ਤਾਂ ਸੋਚੋ ਇਹਦੇ ਤੇ ਤੇ ਮੈਂ ਇਹਨਾਂ ਗੱਲਾਂ ਨਾਲ ਜਾਂ ਸਮੁੱਦੇ ਨਾਲ ਸਹਿਮਤ ਨਹੀਂ ਜਾਂ ਸੋਧ ਕਰਕੇ ਵਾਪਸ ਭੇਜੋ ਇਹ ਅੱਗੇ ਸਰਕਾਰ ਜਾਂ ਅਸੈਂਬਲੀ ਦੀ ਰਹਾ ਕਿ ਉਹ ਬਿੱਲ ਨਵੇਂ ਸਿਰਜ ਤੋਂ ਭੇਜਦੇ ਹੈ ਜਾਂ ਉਹਦੇ ਵਿੱਚ ਸਰਕਾਰ ਸੋਧ ਕਰਕੇ ਭੇਜਦੀ ਹੈ ਜਦੋਂ ਦੁਬਾਰਾ ਬਿੱਲ ਆ ਜਾਂਦਾ ਤਾਂ ਫਿਰ ਸੰਵਿਧਾਨ ਜਿਹੜਾ ਹੈਗਾ ਉਹ ਗਵਰਨਰ ਨੂੰ ਇਹੋ ਜੀ ਕੋਈ ਤਾਕਤ ਨਹੀਂ ਦਿੰਦਾ ਕਿ ਤੀਜੀ ਵਾਰੀ ਵਾਪਸ ਭੇਜੇ ਫਿਰ ਵਾਪਸ ਨਹੀਂ ਭੇਜ ਸਕਦਾ ਗਵਰਨਰ ਗਵਰਨਰ ਇਹਦਾ ਕਰ ਸਕਦਾ ਕਿ ਉਹ ਬਿੱਲ ਨੂੰ ਰਾਸ਼ਟਰਪਤੀ ਕੋਲੇ ਭੋਜ ਦੇ ਪਰ ਰਾਸ਼ਟਰਪਤੀ ਕੋਲੇ ਭੇਜਣ ਦੇ ਲਈ ਵੀ ਕੋਈ ਨਾ ਕੋਈ ਆਧਾਰ ਚਾਹੀਦਾ ਫਾਰ ਇਗਜ਼ਾਮਪਲ ਹੁਣ ਜਿਹੜੀਆਂ ਯੂਨੀਵਰਸਿਟੀਆਂ ਦੇ ਮਾਮਲੇ ਆ ਜੀ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਵੀ ਇਹ ਮਾਮਲਾ ਆ ਕਿ ਪਹਿਲਾਂ ਹੀ ਜਿਹੜਾ ਹੈਗਾ ਸੰਵਿਧਾਨ ਦੇ ਵਿੱਚ ਜਿਹੜਾ ਜਿਹੜੇ ਸੂਬਿਆਂ ਦੀਆਂ ਸਰਕਾਰਾਂ ਨੇ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਇਹ ਫੈਸਲੇ ਲਏ ਗਏ ਸੀ ਕਿ ਜਿਹੜਾ ਗਵਰਨਰ ਹੈਗਾ ਉਹ ਕਿਸੇ ਵੀ ਜਿਹੜੀ ਯੂਨੀਵਰਸਿਟੀ ਹੈ ਉਹਦਾ ਚਾਂਸਲਰ ਹੋਏਗਾ ਹੁਣ ਤਜਰਬੇ ਨੇ ਇਹ ਗੱਲ ਦੱਸੀ ਇਸ ਸਰਕਾਰਾਂ ਨੂੰ ਕਿ ਜਿਹੜਾ ਗਵਰਨਰ ਹੈਗਾ ਉਹਨੂੰ ਚਾਂਸਲਰ ਲਾਉਣ ਦੇ ਨਾਲ ਯੂਨੀਵਰਸਿਟੀਆਂ 'ਚ ਕਈ ਕਿਸਮ ਦਾ ਖਲਾਫ ਪੈਦਾ ਹੁੰਦਾ ਹੈ ਬਹੁਤੇ ਵਾਰੀ ਜਿਹੜਾ ਗਵਰਨਰ ਹੈਗਾ ਉਹ ਯੂਨੀਵਰਸਿਟੀ ਦੀ ਜਿਹੜੀ ਹੈਗੀ ਹੈ ਉਹ ਉਹਨਾਂ ਦਾ ਕਲਚਰ ਉਹਦੀ ਭਾਸ਼ਾ ਉਹਦੇ ਨਾਲ ਉਹਦਾ ਕੋਈ ਇਹਨਾਂ ਸਾਝ ਨਹੀਂ ਹੁੰਦੀ ਉਹਨੂੰ ਪਤਾ ਨਹੀਂ ਹੁੰਦਾ ਕਿ ਕਿਹੋ ਜਿਹਾ ਕਲਚਰ ਹੈ ਕਿਸ ਤਰ੍ਹਾਂ ਦੀ ਯੂਨੀਵਰਸਿਟੀ ਦੇ ਲੋਕੜਾ ਹੈ ਕਿਹੇ ਜਿਹਾਂ ਉਸ ਅਮਲੇ ਦੀਆਂ ਲੋੜਾਂ ਹੈ ਵਿਦਿਆਰਥੀ ਕੀ ਚਾਹੁੰਦੇ ਹੈ ਯੂਨੀਵਰਸਿਟੀ ਦੀ ਸਥਿਤੀ ਕਿਹੋ ਜੀ ਹੈ ਉਸ ਨੂੰ ਬਹੁਤ ਸਾਰੇ ਮਾਮਲੇ ਆਉਂਦੇ ਜਿੰਨਾ ਕਰਕੇ ਗਵਰਨਰ ਦੇ ਚੱਲਦੇ ਜਾਂ ਚਾਂਸਲ ਹੁੰਦੇ ਤੇ ਯੂਨੀਵਰਸਿਟੀ ਲਈ ਦਿੱਕਤਾਂ ਖੜੀਆਂ ਹੁੰਦੀਆਂ ਫਿਰ ਉਹ ਦਿੱਕਤਾਂ ਹੱਲ ਕੀ ਨੇ ਕਰਨੀ ਆਉਂਦੀਆਂ ਸਰਕਾਰ ਨੇ ਜੀ ਕਿਉਂਕਿ ਸਾਰੀਆਂ ਫਾਈਨੈਂਸ਼ੀਅਲ ਪਾਵਰ ਤਾਂ ਸਰਕਾਰ ਕੋਲੇ ਹੈ ਨਾ ਸੋ ਫੰਡਸ ਜਾਣੇ ਸਾਰਾ ਕੁਝ ਜਾਣੇ ਗਵਰਨਰ ਕੋਲੇ ਤਾਂ ਕੋਈ ਫੰਡਸ ਹੈ ਨਹੀਂ ਕਿ ਫੰਡ ਤਾਂ ਸਰਕਾਰ ਨੇ ਦੇਣੇ ਜੋ ਸਰਕਾਰ ਨੇ ਸਾਰੇ ਦਿਨੇ ਤਾਂ ਸਿਰੇ ਮਾਮਲੇ ਆਏ ਕਿ ਵੀ ਉਹਦਾ ਚਾਂਸਲਰ ਜਿਹੜਾ ਹੈਗਾ ਉਹ ਮੁੱਖ ਮੰਤਰੀ ਕਿਉਂ ਨਾ ਹੋਵੇ ਹਮ ਜਦੋਂ ਮੁੱਖ ਮੰਤਰੀ ਨੂੰ ਚਾਂਸਲਰ ਲਾਉਣ ਦਾ ਬਿੱਲ ਪੰਜਾਬ ਦੂਜੇ ਸੁਬਿਆਂ 'ਚ ਆਉਣਾ ਸ਼ੁਰੂ ਹੋਇਆ ਹਮ ਤਾਂ ਗਵਰਨਰਾਂ ਨੂੰ ਬੜੀ ਇਸ ਗੱਲ ਦੀ ਤਕਲੀਫ ਹੋਈ ਜੀ ਕਿ ਸਾਨੂੰ ਹਟਾ ਕੇ ਹੁਣ ਮੁੱਖ ਮੰਤਰੀ ਜਿਹੜਾ ਹੈਗਾ ਉਹ ਚਾਂਸਲਰ ਲੱਗੇਗਾ ਉਹ ਬਿੱਲ ਰੋਕ ਕੇ ਬੈਠ ਕੇ ਹਮ ਤਾਮਨ ਲਾਡੂ ਦੇ ਵਿੱਚ ਵੀ ਰੁਕਿਆ ਗਿਆ ਕਈ ਹੋਰ ਸੁਬਿਆਂ 'ਚ ਵੀ ਐਗਜ਼ਾਮਪਲਸ ਆਈਆਂ ਪੰਜਾਬ ਦੇ ਵਿੱਚ ਇਹ ਮਾਮਲਾ ਹੈ ਬਿਲਕੁਲ ਕਿ ਕਿਸੇ ਸੂਬੇ ਦੀ ਸਰਕਾਰ ਨੂੰ ਪੂਰਾ ਅਧਿਕਾਰ ਹੈ ਕਿ ਚਾਂਸਲਰ ਕੌਣ ਹੋਏਗਾ ਜੇ ਗਵਰਨਰ ਹਟਾਤਾ ਤਾਂ ਉੱਥੇ ਫਿਰ ਤਕਲੀਫ ਸੋ ਇਹੋ ਜੀ ਸਥਿਤੀ ਦੇ ਅੰਦਰ ਗਵਰਨਰਾਂ ਨੂੰ ਕਹੀ ਰਹੀ ਹੈ ਵੀ ਲੱਗਦਾ ਹੈ ਕਿ ਵੀ ਅਸੀਂ ਕਿਸੇ ਸੂਬੇ ਚ ਜਾ ਕੇ ਐਡੀ ਵੱਡੀ ਤਾਕਤ ਜਾਂ ਸਾਡੀ ਡਿਊਟੀ ਸ਼ਕਤੀ ਹੈ ਕਿਸੇ ਚੱਲਦੀ ਸਰਕਾਰ ਨੂੰ ਬ੍ਰੇਕਾਂ ਲਾ ਸਕਦੇ ਹਟੂ ਘਟ ਸਾਡਾ ਸਿਧਾਨ ਬਾਬਾ ਭੀਮਰਾਓ ਅੰਬੇਦਕਰ ਜਿਸ ਨੂੰ ਸਾਰੇ ਸਲੂਟ ਕਰਦੇ ਜਾਂਦਾ ਜ਼ਿਕਰ ਹੁੰਦਾ ਹਮੇਸ਼ਾ ਉਹਨੇ ਕੋਈ ਇਹੋ ਜਿਹਾ ਗੈਰ ਸਵਿਧਾਨਿਕ ਅਧਿਕਾਰ ਕਿਸੇ ਵੀ ਰਤਵੇ ਵਾਲੇ ਨੇਤਾ ਵਿਅਕਤੀ ਨੂੰ ਨਹੀਂ ਦਿੱਤਾ ਕਿ ਸਿੱਧੇ ਤੌਰ ਤੇ ਜਿਹੜਾ ਡੈਮੋਕਰੈਟਿਕ ਸਿਸਟਮ ਹੈ ਉਹਨੂੰ ਢਾਹ ਲਗੇ ਇਹ ਅਧਿਕਾਰ ਗਵਰਨਰ ਕੋਲੇ ਵੀ ਨਹੀਂ ਹੈ ਜੇ ਉਹਨੂੰ ਤੁਸੀਂ ਮੈਸਜੂਜ਼ ਕਰਦੇ ਹੋ ਤਾਂ ਵੱਖਰੀ ਗੱਲ ਹੈ ਪੰਜਾਬ ਯੂਨੀਵਰਸਿਟੀਜ਼ ਬਿਲ ਨੂੰ ਰੋਕਣ ਦੀ ਗੱਲ ਹੈ ਜੀ ਇਸ ਤੋਂ ਅਸੀਂ ਇਹ ਹਿਸਾਬ ਲਗਾ ਸਕਦੇ ਹਾਂ ਇਹ ਗਵਰਨਰਾਂ ਤੇ ਸਿੱਧਾ ਇਲਜ਼ਾਮ ਲਗਾ ਸਕਦਾ ਕਿ ਤੁਸੀਂ ਜਿਹੜਾ ਇਹ ਬਿਲ ਰੋਕਿਆ ਇਹ ਤੁਸੀਂ ਆਪਣੀ ਸ਼ਕਤੀ ਲਈ ਰੋਕਿਆ ਕਿ ਤੁਸੀਂ ਤੁਹਾਨੂੰ ਡਰ ਪੈਦਾ ਹੋ ਗਿਆ ਕਿ ਸਾਡੇ ਤੋਂ ਇਹ ਸ਼ਕਤੀ ਖੋਹੀ ਜਾ ਰਹੀ ਹੈ ਵੀ ਸਾਡੇ ਕੋਲ ਹੁਣ ਚਾਂਸਟਰ ਦਾ ਅਹੁਦਾ ਨਹੀਂ ਰਹਿਣਾ ਕਿ ਮੁੱਖ ਮੰਤਰੀ ਨੂੰ ਚਾਂਸਟਰ ਲਗਾਇਆ ਜਾਵੇ ਜਦ ਕਿ ਤੁਸੀਂ ਵਾਜਬਗਰ ਲਖੀ ਹੈ ਕਿ ਮੁੱਖ ਮੰਤਰੀ ਨੂੰ ਜ਼ਿਆਦਾ ਪਤਾ ਹੈ ਸੂਬਿਆਂ ਦੇ ਕਾਲਜਾਂ ਯੂਨੀਵਰਸਿਟੀਆਂ ਬਾਰੇ ਉਹ ਉੱਥੇ ਰਹਿੰਦਾ ਹੈ ਵਿਚਰਦਾ ਹੈ ਉਹ ਜਵਾਬ ਦੇ ਹੈ ਉਹ ਜਵਾਬ ਦੇ ਹੈ ਤੇ ਹੁਣ ਗਵਰਨਰਾਂ ਦਾ ਇਹ ਸਿੱਧਾ ਇਲਜ਼ਾਮ ਲੱਗਦਾ ਕਿ ਤੁਸੀਂ ਆਪਣੀ ਸ਼ਕਤੀ ਬਚਾਉਣ ਦੀ ਵਿਕਾਸ ਰੋਕ ਦਿੱਤਾ ਗਪਾਲ ਜਦੋਂ ਪੰਜਾਬ ਯੂਨੀਵਰਸਿਟੀ ਦਾ ਤੁਸੀਂ ਆਪਾਂ ਜ਼ਿਕਰ ਕਰ ਰਹੇ ਹੋ ਨਾ ਪੰਜਾਬ ਯੂਨੀਵਰਸਿਟੀ ਆਪਾਂ ਚੰਡੀਗੜ੍ਹ ਦੀ ਗੱਲ ਕਰਦੇ ਹਾਂ ਬੜੀ ਨਾਮੀ ਯੂਨੀਵਰਸਿਟੀ ਹੈ ਦੁਨੀਆ ਭਰ ਸਾਡੇ ਜਿਹੜੇ ਬੈਠੇ ਦਰਸ਼ਕ ਹੈ ਦੇਖ ਰਹੇ ਹੈ ਜਿਹੜੇ ਸੁਣ ਰਹੇ ਉਹਨਾਂ ਤੋਂ ਬਹੁਤ ਸਾਰੇ ਲੋਕ ਹੋ ਜੇ ਹੋਣਗੇ ਮੈਂ ਕਹਾਂਗਾ ਖੁਸ਼ਕਿਸਮਤ ਹੋਣਗੇ ਨੇ ਪੈਦਾ ਜੁਨੀਵਰਸਿਟੀ ਤੋਂ এডੂਕੇਸ਼ਨ ਲਈ ਹੋਈ ਬੜਾ ਇੱਕ ਨਾਂ ਹੁੰਦਾ ਇਸ ਦਾ ਜੀ ਬਿਲਕੁਲ ਹੁੰਦਾ ਜੀ ਪੰਜਾਬ ਯੂਨੀਵਰਸਿਟੀ ਦਾ ਪੜਾਇਆ ਮੈਂ ਔਰ ਇਸ ਯੂਨੀਵਰਸਿਟੀ ਨੇ ਸਾਡੇ ਪੰਜਾਬ ਦੇ ਅੰਦਰ ਵੀ ਨੈਸ਼ਨਲ ਲੈਵਲ ਤੇ ਵੀ ਬੜੇ ਕੱਦਾਵਰ ਆਗੂ ਵੀ ਪੈਦਾ ਕੀਤੇ ਬੇਤਾ ਬਣੇ ਗਏ ਅੱਗੇ ਜਾ ਕੇ ਗਏ ਤੇ ਉਹ ਯੂਨੀਵਰਸਿਟੀ ਦੇ ਜਦੋਂ ਇਹ ਅਧਿਕਾਰਾਂ ਦੀ ਗੱਲ ਆਈ ਪੰਜਾਬ ਯੂਨੀਵਰਸਿਟੀ ਦੀ ਤਾਂ ਹਰਿਆਣੇ ਨੇ ਪਹਿਲਾਂ ਸਾਰਾ ਇਹ ਅਧਿਕਾਰ ਛੱਡ ਕੇ ਪੰਜਾਬ ਦੇ ਹਵਾਲੇ ਕਰਤਾ ਯੂਨੀਵਰਸਿਟੀ ਨੂੰ ਕਿ ਫਾਈਨੈਂਸ਼ੀਅਲ ਪਾਵਰ ਦੂਜੀ ਸਾਰੇ ਉਹਨਾਂ ਦੀਆਂ ਲੋੜਾਂ ਹੈਗੀਆਂ ਪੰਜਾਬ ਪੂਰਾ ਕਰੇਗਾ ਤਾਂ ਹੁਣ ਹਰਿਆਣਾ ਨੇ ਫਿਰ ਆਪਣੀ ਟੁੱਚ ਡਾਉਣੀ ਸ਼ੁਰੂ ਕਰਤੀ ਕਿ ਨਹੀਂ ਜੀ ਜਿਹੜਾ ਹੈਗਾ ਇਹ ਪੰਜਾਬ ਯੂਨੀਵਰਸਿਟੀ ਦੇ ਨਾਲ ਸਾਡੇ ਕਾਲਜ ਵੀ ਅਫੀਲੀਏਟਡ ਹੋਣੇ ਚਾਹੀਦੇ ਐ ਇਸ ਵਾਰੀ ਜਦੋਂ ਮੀਟਿੰਗ ਹੋਈ ਦੇਖੋ ਦੋਨਾਂ ਮੁੱਖ ਮੰਤਰੀਆਂ ਦੀ ਪੰਜਾਬ ਦੀ ਤੇ ਹਰਿਆਣਾ ਦੇ ਮੁੱਖ ਮੰਤਰੀ ਤੇ ਗਵਰਨਰ ਸਾਹਿਬ ਕਿਉਂਕਿ ਯੂਟੀ ਦੇ ਵੀ ਐ ਤੇ ਗਵਰਨਰ ਸਾਹਿਬ ਉੱਥੇ ਬੈਠੇ ਐ ਗਵਰਨਰ ਸਾਹਿਬ ਬੋਲੀ ਬੋਲ ਰਹੇ ਐ ਹਰਿਆਣਾ ਦੇ ਹੱਕ ਵਿੱਚ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਠੀਕ ਹੀ ਕਿਹਾ ਨਾ ਵੀ ਪਹਿਲਾਂ ਇਹ ਤਾਂ ਦੱਸੋ ਕਿ ਤੁਸੀਂ ਹਰਿਆਣਾ ਨਾਲੋਂ ਕਿ ਪੰਜਾਬ ਨਾਲੋਂ ਜੀ ਸੋ ਇੱਥੋਂ ਪਤਾ ਲੱਗਦਾ ਹੈ ਕਿ ਗਵਰਨਰ ਜਿਹੜਾ ਹੈਗਾ ਕਿਸੇ ਸੂਬੇ ਦੇ ਨਾਲ ਕਿੰਨੀ ਕਿ ਨੇੜਤਾ ਰੱਖਦੇ ਆ ਜੇ ਸੰਵਿਧਾਨ ਨੂੰ ਬਚਾਉਣਾ ਹੈ ਜੇ ਡੈਮੋਕਰੈtic ਸਿਸਟਮ ਨੂੰ ਬਚਾਉਣਾ ਹੈ ਜੇ ਫੈਡਰਲ ਸਿਸਟਮ ਨੂੰ ਬਚਾਉਣਾ ਹੈ ਤਾਂ ਅਧਿਕਾਰ ਉਸੇ ਨੇਤਾ ਕੋਲੇ ਹੋਣੇ ਚਾਹੀਦੇ ਆ ਜਿਹੜਾ ਨੇਤਾ ਉਹ ਸੂਬੇ ਦੇ ਲੋਕਾਂ ਨੇ ਵੋਟ ਦਾ ਅਧਿਕਾਰ ਇਸਤੇਮਾਲ ਕਰਕੇ ਉਹਦੀ ਚੋਣ ਕੀਤੀ ਹੈ ਜੀ ਸਿੱਧੂ ਸਾਹਿਬ ਨੇ ਕਿੰਨੀ ਚੰਗੀ ਗੱਲ ਆਖੀ ਕਿ ਜਿਹੜੇ ਅਧਿਕਾਰ ਨੇ ਉਹ ਉਸ ਕੋਲ ਹੋਣੇ ਚਾਹੀਦੇ ਨੇ ਜਿਹੜਾ ਸੂਬੇ ਦੇ ਲੋਕਾਂ ਨੇ ਚੁਣਿਆ ਸੁਪਰੀਮ ਕੋਰਟ ਨੇ ਵੀ ਵਾਜਬ ਬਿਆਨ ਦਿੱਤਾ ਕਿ ਗਵਰਨਰ ਵੀ ਆਪਣੀ ਆਤਮ ਪਰਚੋਲ ਕਰਨ ਕਿ ਚੁਣੀ ਹੋਈ ਸਰਕਾਰ ਦੇ ਨੁਮਾਇੰਦੇ ਜਿਹੜੇ ਉਹ ਸਰਕਾਰ ਦੇ ਨੇ ਉਹ ਗਵਰਨਰ ਨਹੀਂ ਹੈ ਲੋਕਾਂ ਵੱਲੋਂ ਸਰਕਾਰ ਨੂੰ ਚੁਣਿਆ ਗਿਆ ਗਵਰਨਰ ਨੂੰ ਨਹੀਂ ਚੁਣਿਆ ਗਿਆ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਪ੍ਰੋਗਰਾਮ ਦੇ ਵਿੱਚ ਕਿ ਗੈਰ ਭਾਜਪਾ ਸਰਕਾਰ ਵਾਲੇ ਸੂਬਿਆਂ 'ਚ ਸਾਨੂੰ ਜ਼ਿਆਦਾ ਵੇਖਣ ਨੂੰ ਮਿਲਦਾ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਨੇ ਹਰਿਆਣੇ ਦੀ ਬੋਲੀ ਕਿਉਂ ਬੋਲੀ ਜਦ ਕਿ ਉਹ ਪੰਜਾਬ ਦੇ ਗਵਰਨਰ ਨੇ ਇਹ ਅਹਿਮ ਸਵਾਲ ਨੇ ਸਾਡੇ ਲੋਕਾਂ ਨੂੰ ਇਸ ਬਾਰੇ ਸਮਝ ਚਾਹੀਦੀ ਹੈ ਇਸ ਬਾਰੇ ਸਾਨੂੰ ਸਮਝਣਾ ਚਾਹੀਦਾ ਹੈ ਕਿ ਇਹ ਸਵਾਲ ਕਿਉਂ ਉੱਠਦੇ ਨੇ ਗਵਰਨਰਾਂ ਦੀ ਗੈਰ ਭਾਜਪਾ ਸੂਬਿਆਂ ਨਾਲ ਕਿਉਂ ਵਿਗੜਦੀ ਹੈ ਕਿਉਂ ਇਹਨਾਂ ਦਾ ਉਥੋਂ ਦੇ ਮੁੱਖ ਮੰਤਰੀਆਂ ਨਾਲ ਟਕਰਾਹ ਹੁੰਦਾ ਤਾਂ ਅਧਿਕਾਰ ਦੀ ਗੱਲ ਹੈ ਜਿਹੜੀ ਉਹ ਅਧਿਕਾਰ ਉਸ ਕੋਲ ਹੋਣਾ ਚਾਹੀਦਾ ਹੈ ਜਿਹੜਾ ਲੋਕਾਂ ਵੱਲੋਂ ਚੁਣਿਆ ਗਿਆ ਬੰਦਾ ਹੈ ਨਾ ਕਿ ਕੇਂਦਰ ਸਰਕਾਰ ਵੱਲੋਂ ਇਹਨਾਂ ਸ਼ਬਦਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਤੋਂ ਅਸੀਂ ਇਜਾਜ਼ਤ ਲਵਾਂਗੇ ਮੈਨੂੰ ਗੋਪਾਲ ਸਿੰਘ ਸਿੱਧੂ ਨੂੰ ਤੇ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਸਰਦਾਰ ਜਗਤਾਰ ਸਿੰਘ ਸਿੱਧੂ ਨੂੰ ਦੇਵਾ ਗਿਆ ਧੰਨਵਾਦ